ਪ੍ਰਾਈਮੇਸ਼ੀਆ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਪ੍ਰੀਤ ਸੰਧਵਾਲੀਆ ਸਵਾਗਤ ਕਰਦਾ ਹਾਂ ਜੀ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦਿਸ਼ਤ ਅੰਦਰ ਪਨੂ ਸ਼ੋਤ ਵਿੱਚ ਤੇ ਐਸਪੋਕ ਦੀਆਂ ਖਬਰਾਂ ਦੇ ਉੱਪਰ ਚਰਚਾ ਕਰਨ ਲਈ ਆਪਣੇ ਨਾਲ ਪਨਸਾਬ ਸਟੂਡੀਓ 'ਚ ਹਾਜ਼ਰ ਨੇ ਪਨਸਾਬ ਬਹੁਤ ਬਹੁਤ ਸਵਾਗਤ ਹੈ ਜੀ ਪਨਸਾਬ ਕਰਤਾਰਪੁਰ ਲਾਂਘੇ ਤੇ ਨਿਤ ਨਵੀਂ ਗੱਲ ਹੀ ਸਾਹਮਣੇ ਆਉਂਦੀ ਹੈ ਜੀ ਹੁਣ ਇੱਕ ਗੱਲ ਇਹ ਸਾਹਮਣੇ ਆ ਰਹੀ ਹੈ ਕਿ ਪਾਕਿਸਤਾਨ ਇੰਨਾ ਕਾਲਾ ਜੀ ਉਹ ਲਾਂਘਾ ਖੋਲਣ ਦੇ ਲਈ ਕਿ ਉਹ ਕਹਿੰਦੇ ਕਿ ਨਵੰਬਰ ਤੱਕ 550ਵੇਂ ਪ੍ਰਕਾਸ਼ ਦਿਹਾੜੇ ਦੀ ਅਸੀਂ ਇੰਤਜ਼ਾਰ ਨਹੀਂ ਕਰਨਾ ਸਾਡੇ ਗੁਰੂ ਨਾਨਕ ਪਾਸ਼ਾ ਦੇ 480ਵੇਂ ਜੋਤੀ ਜੋਤ ਦਿਵਸ ਦੇ ਉੱਪਰ ਅਸੀਂ ਜਿਹੜਾ ਲਾਂਗਾ ਉਹ ਖੋਲ ਰਿਆਂ ਤੇ ਜਿਹੜੇ ਸਿੱਖ ਨੇ ਦੁਨੀਆ ਭਰ ਚ ਬੈਠੇ ਉਹ ਤਿਆਰੀ ਕੱਸ ਲੈਣ। ਇਹ ਉਹਨਾਂ ਦੇ ਵਿਦੇਸ਼ ਮੰਤਰੀ ਦਾ ਬਿਆਨ ਹੈ। ਤੁਸੀਂ ਇਹਨੂੰ ਕਿਵੇਂ ਦੇਖਦੇ ਆ? ਦੇਖੋ ਜਿੱਥੋਂ ਤੱਕ ਆਮ ਸਿੱਖਾਂ ਦਾ ਸਵਾਲ ਆ। ਜੀ। ਉਹਨਾਂ ਨੂੰ ਤੇ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਪ੍ਰਕਾਸ਼ ਉਤਸਵ ਤੇ ਆ ਕਿ ਜੋਤੀ ਜੋਤ ਸਮਾਉਣ ਦੇ ਉਤਸਵ ਤੇ। ਜੀ। ਇਹ ਦੋਵੇਂ ਲੋਕਾਂ ਵਾਸਤੇ ਉਤਸਵ ਆ। ਗੁਰੂ ਸਾਹਿਬ ਦਾ ਆਉਣਾ ਗੁਰੂ ਸਾਹਿਬ ਦਾ ਜਾਣਾ। ਉਹਨਾਂ ਨੂੰ ਆਮ ਸਿੱਖ ਦੋਵੇਂ ਗੱਲਾਂ ਨੂੰ ਭਾਣੇ ਦਾ ਹਿੱਸਾ ਮੰਨਦਾ ਜੀ ਥਿਤਵਾਰ ਨਾਲ ਜੋਗੀ ਜਾਣੇ ਰੁੱਤਮਾ ਨਾ ਕੋਈ ਜਦੋਂ ਥਿਤਵਾਰ ਨਾਲ ਜੋਗੀ ਜਾਣੇ ਰੁੱਤਮਾ ਨਾ ਕੋਈ ਆਮ ਸਿੱਖ ਤਾਂ ਇਹ ਆਖੇ ਗਾਜੀ ਜੇ ਤੁਸੀਂ ਪਹਿਲਾਂ ਵੀ ਖੋਲਦੇ ਹੋ ਤੇ ਖੋਲੋ ਅਸੀਂ ਚਾਹੀਏ ਤੇ ਮੱਥਾ ਟੇਕ ਆਈਏ ਜੀ ਇਹਦੇ ਕੋਈ ਸਵਾਲ ਇਹ ਕਿ ਪਾਕਿਸਤਾਨ ਪਹਿਲਾਂ ਇੰਨੇ ਸਾਲਾਂ ਤੋਂ ਮੰਨ ਨਹੀਂ ਸੀ ਰਹਾ ਲੰਘਾ ਕੋਲੋਂ ਵਾਤੇ ਜੇ ਮੰਨੇ ਵੀ ਮੰਨੇ ਤੇ ਪਾਕਿਸਤਾਨ ਦੀ ਸਰਕਾਰ ਨਹੀਂ ਬੰਨੇ ਪਾਕਿਸਤਾਨ ਦੇ ਫੌਜੀ ਜਰਨਲ ਨੇ ਪੇਸ਼ ਕਰ ਚ ਕੀਤੀ ਨਵਜੋਤ ਸਿੰਘ ਸਿੱਧੂ ਨੂੰ ਜੀ ਲਾਇਆ ਬਈ ਸਿੱਧੂ ਸਾਹਿਬ ਆਪਾਂ ਤੇ ਲਾਂਗਾ ਖੋਲ ਦੇਣਾ ਤੇ ਕੰਮ ਤਾਂ ਇਹ ਮਨਜ਼ੂਰੀ ਦੇਣ ਦਾ ਸੀ ਸਰਕਾਰ ਦਾ ਜਾਂ ਵਿਦੇਸ਼ ਮੰਤਰਾਲੇ ਦਾ ਜੀ ਲਾਂਗਾ ਜਦੋਂ ਸੱਚਮੁੱਚ ਸਰਕਾਰ ਨੂੰ ਮਰਨਾ ਪਿਆ ਗਿਆ ਇਹ ਤੋਂ ਪਤਾ ਲੱਗ ਗਿਆ ਕਿ ਸਰਕਾਰ ਥੱਲੇ ਹੈ ਫੌਜਦਾ ਜਰਨਲ ਉੱਤੇ ਹੁਣ ਇਸ ਵੇਲੇ ਇਹਨਾਂ ਕਾਲਾਪਣ ਵਿਖਾਇਆ ਜਾ ਰਿਹਾ ਕੀ ਅਸੀਂ ਤਾਂ ਪ੍ਰਕਾਸ਼ ਉਤਸਵ ਤੱਕ ਵੀ ਡਿਕਣਾ ਨਹੀਂ ਅਸੀਂ ਤਾਂ ਪਹਿਲਾਂ ਹੀ ਖੋਲ ਦੇਣਾ ਤੁਸੀਂ ਤਾਂ 11 ਸਤੰਬਰ ਦੀ ਤਿਆਰੀ ਕਰੋ ਜੀ 11 ਸਤੰਬਰ ਦਾ ਹਿਸਾਬ ਲਾਈਏ ਤੇ ਅੱਜ 26 ਅਗਸਤ ਹੋ ਗਈ ਹੈ ਜੀ 5 ਦਿਨ ਇਹ ਤੇ 10 ਅਗਲੇ ਲਾ ਦਿਓ 15 ਦਿਨਾਂ ਬਾਅਦ ਉਹ 15 ਦਿਨ ਡਿਕਣਾ 16ਵੇਂ ਦਿਨ ਤੇ ਖੁੱਲ ਜਾਣਾ ਜੀ ਇੱਥੇ ਇਹ ਵੀ ਸਵਾਲ ਖੜਾ ਹੁੰਦਾ ਵੀ ਕੀ ਇੰਨੇ ਚਿਰ ਤੱਕ ਇਨਫਰਾਸਟ੍ਰਕਚਰ ਸਾਰਾ ਡਵੈਲਪ ਕਰ ਲਿਆ ਜਿਹੜੇ ਸਾਡੇ ਵਾਲੇ ਪਾਸੇ ਗੇਟ ਹੈ ਜੀ ਉਹ ਜੇ ਬਣਦੇ ਪਿਆ ਉਹਨਾਂ ਗੇਟਾਂ ਦੇ ਨਾਲ ਸਾਡੇ ਇੱਥੇ ਇਮੀਗ੍ਰੇਸ਼ਨ ਵਾਲੇ ਵੀ ਆ ਕੇ ਬੈਠਣੇ ਆ ਕਸਟਮ ਵਾਲੇ ਵੀ ਆ ਕੇ ਬੈਠਣੇ ਆ ਇਹ ਰਾਤੋ ਰਾਤ ਲਿਆ ਕੇ ਉੱਥੇ ਬਿਠਾਇਆ ਜਾ ਸੋ ਤੇ ਜੀ ਜਿਹੜਾ ਕੰਮ ਹੈ ਜੀ 2 ਮਹੀਨਿਆਂ ਨੂੰ ਹੋਣਾ ਸੀ ਢਾਈਆਂ ਮਹੀਨਿਆਂ ਨੂੰ ਉਹ ਜਦੋਂ ਇੱਡੀ ਕਾਲੀ ਚੱਕਿਆ ਜਾਵੇਗਾ ਤੇ ਫਿਰ ਮੈਨੂੰ ਸਮਝ ਨਹੀਂ ਲੱਗਦੀ ਕਿ ਉਹ ਕਾਲੀ ਦੇ ਵਿੱਚ ਕਿਸ ਤਰ੍ਹਾਂ ਕਰਨਗੇ ਇਹ ਹੋ ਸਕਦਾ ਕਿ ਉਹਨਾਂ ਨੇ ਪ੍ਰਬੰਧ ਕੀਤਾ ਹੋਵੇ ਕਿ ਜਿਸ ਤਰ੍ਹਾਂ ਕਹਿੰਦੇ ਜੰਗੀ ਪੈਮਾਨੇ ਦਾ ਕੰਮ ਹੋ ਰਿਹਾ ਹੈ ਜੰਗੀ ਪ੍ਰਮਾਨਿਤ ਕੰਮ ਹੋ ਰਿਹਾ ਕਿ ਜੰਗ ਵਾਲੀ ਫੌਜ ਕਰ ਰਹੀ ਹੈ। ਇਹ ਤਾਂ ਪਤਾ ਨਹੀਂ। ਜੀ। ਅੱਜ ਦੋ ਹਫ਼ਤੇ ਪਹਿਲਾਂ ਮੈਂ ਵੇਖ ਕੇ ਆਇਆ। ਪੁਲ ਤਾਂ ਅਜੇ ਬਣਿਆ ਨਹੀਂ। ਬੁਰਜੀਆਂ ਕੱਡੀਆਂ ਉੱਤੇ ਉਹ ਸਪੈਂਜਰ ਰੱਖਣ ਵਾਲੇ ਨੇ। ਜੀ। ਤੇ ਲੰਘਣਾ ਕਿਦਰ ਦੀ ਹੈ ਪਰ ਦਰਿਆ ਦੀ ਵੇਚ ਦੀ। ਜੀ ਜੀ। ਇਹ ਉਹਨਾਂ ਨੇ ਇਸ ਤਰ੍ਹਾਂ ਦੀ ਕਾਲੀ ਵਾਲੀ ਪੇਸ਼ਕਸ਼ ਕਿਉਂ ਕੀਤੀ ਹੈ? ਇਹਦੇ ਤੋਂ ਬਹੁਤ ਸਾਰੇ ਲੋਕ ਹੈਰਾਨ ਹਨ। ਮੈਂ ਵੀ ਹੈਰਾਨ ਹਾਂ। ਪਰ ਮੈਂ ਫਿਰ ਕਹੂੰਗਾ ਕਿ ਜੇ ਪਹਿਲਾਂ ਵੀ ਖੁੱਲਦਾ ਤੇ ਲੋਕਾਂ ਨੂੰ ਇਹਦੇ ਨਾਲ ਫਰਕ ਨਹੀਂ ਪੈਂਦਾ ਕਿ ਖੁੱਲਣ ਵਾਸਤੇ ਦਿਨ ਕਿਹੜਾ ਕਿਉਂਕਿ ਗੁਰੂ ਸਾਹਿਬ ਕਹਿੰਦੇ ਸੀ ਥਿਤਵਾਰ ਨਾਲ ਜੋਗੀ ਜਾਣੇ ਰੁੱਤ ਮਾ ਨਾ ਕੋਈ ਜੀ ਜਦੋਂ ਥਿਤਵਾਰ ਨਾਲ ਜੋਗੀ ਜਾਣਾਂ ਦੀ ਗੱਲ ਹੈ ਤੇ ਜਦੋਂ ਖੁੱਲਦਾ ਖੁੱਲਣ ਦਿਓ ਲੋਕ ਚਾਹੁੰਦੇ ਆ ਕਿ ਛੇਤੀ ਖੁੱਲ ਜੀ ਪੰਨ ਸਾਹਿਬ ਜਿੱਦਾਂ ਤੁਸੀਂ ਹੁਣੇ ਗੱਲ ਕੀਤੀ ਜੰਗ ਵਾਲੀ ਤੇ ਇੱਕ ਖਬਰ ਇਹੋ ਜੀ ਵੀ ਆਉਂਦੀ ਪਈ ਹੈ ਕਿ 20 ਦਿਨ ਹੋ ਗਏ ਆ ਜੀ ਪਾਕਿਸਤਾਨ ਨੂੰ ਉਹ ਪੀਓ ਪੀਓਕੇਜ ਨੂੰ ਕਹਿੰਦੇ ਮਕਬੂਜ਼ਾ ਕਸ਼ਮੀਰ ਆ ਉਹਦੇ ਚ ਲੜਾਈ ਦੀ ਤਿਆਰੀ ਕਰ ਰਿਹਾ ਜੀ ਕੋਈ ਫੌਜ ਇਕੱਠੀ ਕੀਤੀ ਜਾ ਰਹੀ ਹਥਿਆਰ ਇਕੱਠੇ ਕੀਤੇ ਜਾ ਰਹੇ ਇਹ ਖਬਰਾਂ ਫਿਰ ਦੋਨੋਂ ਕੰਟਰਡਿਕ ਤਦ ਖੂਬ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਤੋਂ ਇਹ ਰਿਪੋਰਟਾਂ ਆ ਰਹੀਆਂ ਨੇ ਕਿ ਉਹਨਾਂ ਨੇ ਆਪਣੀ ਫੌਜ ਉੱਥੇ ਇਕੱਠੀ ਕੀਤੀ ਹੈ ਜੀ ਤੇ ਬਲਕਿ ਹੋਰ ਆ ਰਹੀ ਹੈ ਅਜੇ ਫੋਰਸ ਉਹਨਾਂ ਦੀ ਹੋਰ ਆਈ ਜਾਂਦੀ ਹੈ ਮੈਂ ਇਹਨਾਂ ਰਿਪੋਰਟਾਂ ਨੂੰ ਬਹੁਤਾ ਗੰਭੀਰਤਾ ਨਾਲ ਨਹੀਂ ਲੈਂਦਾ ਜੀ ਸਾਡੇ ਬੜਾ ਨੇ ਜਦੋਂ ਫੋਰਸ ਭੇਜੀ 10000 ਫੌਜੀ ਪਹਿਲਾਂ ਕੱਲੇ 28000 ਜਵਾਨ ਪੈਰਾਮੀਟਰੀ ਫੋਰਸ ਦੇ ਬਾਅਦ ਕੱਲੇ ਤੇ ਮੈਂ ਤਾਂ 5 ਅਗਸਤ ਤੋਂ ਪਹਿਲਾਂ ਕਹਿ ਦਿੱਤਾ ਸੀ ਕਿ ਜੰਮੂ ਕਸ਼ਮੀਰ ਦੀ ਸਰਕਾਰ ਕੁਝ ਕਰਨ ਲੱਗੀ ਹੈ ਜੀ ਤੇ ਬਾਅਦ ਚ 5 ਅਗਸਤ ਨੂੰ ਪਤਾ ਲੱਗਾ ਕਿ 370 ਜਿਹੜਾ ਤੋੜਤਾ ਪਰ ਇੱਕ ਗੱਲ ਨੋਟ ਕਰਨ ਵਾਲੀ ਉਹ ਹੈ ਕਿ ਭਾਰਤ ਵਾਲਾ ਪਾਸਾ ਹੋਵੇ ਪਾਕਿਸਤਾਨ ਵਾਲਾ ਪਾਸਾ ਹੋਵੇ ਕੁਝ ਇਲਾਕਿਆਂ ਚ ਫੌਜ ਦੀ ਮੂਵਮੈਂਟ ਚੱਲਦੀ ਰਹਿੰਦੀ ਹੈ ਜਿਹੜੀਆਂ ਕੰਪਨੀਆਂ 2 ਸਾਲ ਤੋਂ ਬੈਠੀਆਂ ਉਹਨਾਂ ਨੇ ਪਿੱਛੇ ਜਾਣਾ ਉਹਨਾਂ ਨੂੰ ਨਵੀਆਂ ਆਉਣਾ ਕੋਈ 1 ਸਾਲ ਬਾਅਦ ਹੀ ਬਦਲਦੀਆਂ ਪੈਂਦੀਆਂ ਨੇ ਇਦਾਂ ਦੀ ਅਦਲਾ ਬਦਲੀ ਵੀ ਜਦੋਂ ਹੁੰਦੀ ਹੈ ਲੋਕਾਂ ਨੂੰ ਇਹ ਤੇ ਪਤਾ ਨਹੀਂ ਕਿ ਪੁਰਾਣੇ ਬਿਠੇ ਯੂਨਟ ਸਿਰੇ ਜਾਣਾ ਤੇ ਉਹ ਤਾਂ ਤੇ ਇਹਨਾਂ ਦਾ ਸਮਾਪੂਰ ਹੋਗਾ ਦੂਜੀ ਯੂਨਿਟ ਆ ਰਹੀ ਜੀ ਲੋਕਾਂ ਤੇ ਇਦਾਂ ਜਾਪਦਾ ਕਿ ਟੈਂਕ ਆ ਰਹੇ ਤੋਪਾਂ ਆ ਰਹੀਆਂ ਆ ਰਹੀਆਂ ਨਜਾਰੀਆਂ ਜਾ ਰਹੀਆਂ ਤਿਆਰੀਆਂ ਨੇ ਇਹ ਤਾਂ ਜੀ ਮੋਰਚੇ ਸਾਫ ਕੀਤੇ ਜਾ ਰਹੇ ਇਹ ਸਭ ਕੁਝ ਜਾਪਦਾ ਮੈਨੂੰ ਇੱਕਦਮ ਤੈਅ ਨਹੀਂ ਲੱਗਦਾ ਕਿ ਜੰਗ ਲੱਗ ਜੂ ਜੀ ਪਰ ਹਾਲਾਤ ਜਿਸ ਤਰ੍ਹਾਂ ਦੇ ਪੈਰੋ ਪੈਰ ਪਾਕਿਸਤਾਨ ਦੇ ਵਿੱਚ ਕੁਝ ਲੋਕ ਬਣਾ ਰਿਹਾ ਖਾਸ ਤੌਰ ਤੇ ਪਾਕਿਸਤਾਨ ਦਾ ਵਿਦੇਸ਼ ਮੰਤਰੀ ਜਿਹੜਾ ਇਹ ਕੋ ਇਹ ਕੋਣਾ ਰੇਲ ਮੰਤਰੀ ਹੈ ਜੀ ਇਹ ਦੋ ਤਿੰਨ ਜਾਣੇ ਜਦੋਂ ਮੁੜ ਮੁੜ ਕੇ ਕਹਿੰਦੇ ਹਨ ਜੰਗ ਲੜਨੀ ਭੀ ਲੜਾਂਗੇ ਅਸੀਂ ਆਖ ਕਰਦਿਆਂਗੇ ਉਹ ਕਰਦਿਆਂਗੇ ਉਦੋਂ ਤੇ ਸ਼ੱਕ ਹੁੰਦਾ ਕਿ ਜੇ ਪ੍ਰਧਾਨ ਮੰਤਰੀ ਨਹੀਂ ਬੋਲਦਾ ਤੇ ਇਹ ਥੱਲੇ ਬੋਲੀ ਜਾਂਦੇ ਇਹਦਾ ਮਤਲਬ ਕਿ ਪ੍ਰਧਾਨ ਮੰਤਰੀ ਦਾ ਡਰ ਡਰ ਕੇ ਆਪਣੀ ਚਾਦਰ ਵੇਖ ਕੇ ਪੈਰ ਪਸਾਰਦਾ ਜੀ ਤੇ ਇਹਨਾਂ ਨੂੰ ਫੌਜ ਵਾਲਿਆਂ ਨੇ ਚਾਬੀ ਲਾਈ ਆ ਕਿ ਤੁਸੀਂ ਕੁਝ ਕਰ ਦਿਓ ਅਸੀਂ ਤਿਆਰ ਬੈਠੇ ਹਾਂ ਇਹਦੇ ਤੁਹਾਨੂੰ ਸ਼ੱਕ ਹੁੰਦਾ ਤੇ ਜੇ ਫੌਜ ਸੱਚੀ ਮੁੱੱਚ ਲਿਆ ਕੇ ਬਾਰਡਰ ਤੇ ਕੁਝ ਕਰ ਹੀ ਦੇਣਾ ਤੇ ਫਿਰ 11 ਸਤੰਬਰ ਕੀ ਹੋਵੇਗੀ ਫਿਰ ਤਾਂ ਲੋਕੀ ਇਹ ਵੀ ਕਹਿਣਗੇ ਜੀ ਨਵੰਬਰ ਤੱਕ ਕੇਸ ਕਰਕੇ ਨਹੀਂ ਡਿਕਣਾ ਚਾਹੁੰਦੇ ਕਿ ਪਹਿਲਾਂ ਇੱਕ ਕਾਰਵਾਈ ਪਾ ਕੇ ਗੇਟ ਖੋਲਣ ਦੀ ਤੇ ਮੁੜ ਕੇ ਉਧਰ ਕਰ ਦਈਏ ਜੀ ਪਾਕਿਸਤਾਨ ਦੀ ਸਰਕਾਰ ਨੂੰ ਇਹ ਦੱਸਣਾ ਚਾਹੀਦਾ ਕਿ ਉਹ ਦੋਵਾਂ ਚੋਂ ਕਿਹੜੇ ਪਾਸੇ ਆ ਜੰਗ ਲਾਉਣ ਵਾਲੇ ਪਾਸੇ ਆ ਕਿ ਹੱਥ ਮਲਾਉਣ ਵਾਲੇ ਪਾਸੇ ਆ ਜੀ ਬਾਰਡਰ ਖੋਲਣ ਵਾਲੇ ਪਾਸੇ ਆ ਕਿ ਬਾਰਡਰ ਦਾ ਗੇਟ ਖੋਲਣ ਵਾਲੇ ਪਾਸੇ ਆ ਜੀ ਬਾਰਡਰ ਖੋਲਣਾ ਪੂਰਾ ਖੋਲਣ ਦੀ ਗੱਲ ਨਹੀਂ ਦੀ ਜੰਗਾ ਦੀ ਜੀ ਜੀ ਅਹੀਂ ਬਾਰਡਰ ਖੋਲਣ ਦੀ ਗੱਲ ਕਰਨੀ ਹੈ ਕਿ ਬਾਰਡਰ ਦਾ ਗੇਟ ਖੋਲਣ ਦੀ ਗੱਲ ਕਰਨੀ ਹੈ ਇਹ ਪਾਕਿਸਤਾਨ ਦੀ ਸਰਕਾਰ ਨੂੰ ਸਪਸ਼ਟ ਕਰਨਾ ਚਾਹੀਦਾ ਪਰ ਇੱਕ ਆਪਣੇ ਸੁਪਰਮਨੀਉ ਸੁਆਮੀ ਸਾਹਿਬ ਜਿਹੜੇ ਨੇ ਜੀ ਉਹਨਾਂ ਨੇ ਭਾਜਪਾ ਦੇ ਲੀਡਰ ਨੇ ਉਹਨਾਂ ਦਾ ਜਿਹੜਾ ਬਿਆਨ ਉਹ ਦੀ ਨੂੰ ਕਿਵੇਂ ਦੇਖਦੇ ਹੋ ਕਹਿੰਦੇ ਬੰਦੀ ਕਰਦੇ ਹੋ ਜੀ ਲਾਂਗਾ ਚਾਹੀਦੇ ਨੇ ਆਪਾਂ ਨੂੰ ਛੱਡੋ ਪਰ ਇੱਕ ਨਾ ਕਹਿੰਦੇ ਹੁੰਦੇ ਇੱਕ ਨਿਊਜ਼ ਵੈਲਿਊ ਹੁੰਦੀ ਹੈ ਤੇ ਇੱਕ ਨੋਇਸੈਂਸ ਵੈਲਿਊ ਹੁੰਦੀ ਹੈ ਜੀ ਨਿਊਜ਼ ਵੈਲਿਊ ਹੁੰਦੀ ਹੈ ਕਿ ਇਸ ਖਬਰ ਦੇ ਵਿੱਚ ਇੰਨਾ ਕੁ ਤੱਤ ਹੈ ਕਿ ਉਹਦਾ ਕਰਕੇ ਖਬਰ ਆਪਣੇ ਆਪ ਵਿੱਚ ਖਬਰ ਹੈ ਦੀ ਕੋਈ ਮਹੱਤਤਾ ਜੀ ਨੋਇਸੈਂਸ ਵੈਲਿਊ ਉਹ ਦੀ ਹੈ ਕਿ ਇਸ ਬੰਦੇ ਦਾ ਕੰਮ ਹੀ ਹਰ ਵਕਤ ਨੇ ਆ ਕੇ ਬਸ ਉਹ ਜਿਹੜੀ ਮਾਈ ਕਹਿੰਦੀ ਸੀ ਸਿਰੇ ਤੇ ਫੂਕ ਲੋ ਇਹ ਸਿਰਫ ਹੁਕਣ ਵਾਲਾ ਸੁਭਰਾ ਨਈ ਸਵਾਮੀ ਜੀ ਇਹ ਕੁਛ ਬੰਦੇ ਇਹੋ ਜਿਹੇ ਆ ਜਿਹੜੇ ਅੱਜ ਬੀਜੇਪੀ ਚ ਹੁੰਦੇ ਆ ਭੜਕੇ ਬੀਜੇਪੀ ਤੋਂ ਬਾਹਰ ਹੁੰਦੇ ਆ ਅੱਜ ਨਰਿੰਦਰ ਮੋਦੀ ਦੇ ਨਾਲ ਆ ਭੜਕੇ ਉਹਦੇ ਖਿਲਾਫ ਆ ਜੀ ਨਰਿੰਦਰ ਮੋਦੀ ਨੂੰ ਦੋ ਤਿੰਨ ਵਾਰੀ ਇਹਨੇ ਬਿਆਨ ਬਣ ਜੇ ਦੇ ਕੇ ਆਖਿਆ ਜੀ ਸਰਕਾਰ ਬਸ ਤੁਸੀਂ ਆਏ ਤੇ ਹਿੰਦੂਆਂ ਦਾ ਰਾਜ ਆ ਗਿਆ ਤੇ ਇੱਥੇ ਦੇਸ਼ ਤਰੱਕੀ ਕਰ ਜੀਗਾ ਉਹਨੇ ਰਾਜ ਸਭਾ ਦਾ ਮੈਂਬਰ ਬਣਾਤਾ ਤੇ ਬਣਦੇ ਸਾਰੇ ਇਹਨੇ ਪਹਿਲਾਂ ਤੋੜਿਆ ਛਾੜਿਆ ਕਿ ਆ ਜਿਹੜਾ ਤੁਸੀਂ ਅਰਨਜੀਤ ਲਈ ਖਜ਼ਾਨਾ ਮੰਤਰੀ ਬਣਾਇਆ ਇਹਨੇ ਦੇ ਮੁਲਕ ਦਾ ਵਿੜਾ ਹੀ ਡੁਬ ਦੇਣਾ ਇਹ ਤੇ ਬੰਦਾ ਹੀ ਬਹੁਤ ਮਾੜਾ ਇੱਥੇ ਵਿਗਿਆ ਕਿਹੜੀ ਗੱਲ ਹੈ ਜਿਹੜੀ ਉਹਦੇ ਬਾਰੇ ਨਹੀਂ ਆਖੀ ਹਰ ਗੱਲਾਂ ਪੜੀਆਂ ਆਖੀਆਂ ਜੀ ਇਹਨੇ ਰਿਜ਼ਰਵ ਬੈਂਕ ਦੇ ਗਵਰਨਰ ਬਾਰੇ ਆਖਿਆ ਮੋਦੀ ਸਾਹਿਬ ਨੇ ਗਵਰਨਰ ਬਦਲ ਦਿੱਤਾ ਇਹਨੇ ਨਵੇਂ ਗਵਰਨਰ ਦੇ ਖਿਲਾਫ ਆਖਿਆ ਜਦ ਤੱਕ ਉਹ ਸਰਕਾਰ ਟੁੱਟ ਨਹੀਂ ਗਈ ਤੇ ਮੋਦੀ ਦੀ ਨਵੀਂ ਸਰਕਾਰ ਨਹੀਂ ਬਣ ਗਈ ਤੇ ਅਰਣ ਜੈਤਰੀ ਸਰਕਾਰ ਚੋਂ ਪਾਸੇ ਹੋ ਕੇ ਮੰਝੇ ਤੇ ਨਹੀਂ ਪੈ ਗਿਆ ਔਰ ਗੰਭੀਰ ਬਿਮਾਰ ਸੀ ਉਹਨਾਂ ਚਿਰ ਤੱਕ ਅਰਣ ਜੈਤਰੀ ਦੇ ਮਗਰੀ ਪਿਆ ਰਿਹਾ ਜੀ ਪਹਿਲਾਂ ਤੇ ਵੀ ਇਹਦਾ ਵਿਹਾਰ ਇਸੇ ਤਰ੍ਹਾਂ ਦਾ ਦੇ ਆ ਕਦੇ ਜੈ ਲਲਤਾ ਦੇ ਨਾਲ ਕਦੇ ਉਹਦੇ ਖਿਲਾਫ ਕਦੇ ਕਰਨ ਵਾਲੇ ਦੇ ਨਾਲ ਕਦੇ ਦੇ ਖਿਲਾਫ ਜਿਹੜੇ ਬੰਦੇ ਦਾ ਕੰਮ ਹੀ ਇਹੋ ਆ ਉਹਨੇ ਹੁਣ ਵੀ ਉਹੋ ਕੁਝ ਕਰਨ ਦਾ ਯਤਨ ਕੀਤਾ ਮੈਂ ਉਹਦੀਆਂ ਗੱਲਾਂ ਤਾਂ ਬਹੁਤਾ ਸੀਰੀਅਸ ਲੈ ਲੈਂਦਾ ਕੁਝ ਲੋਕ ਕਹਿੰਦੇ ਆ ਜੀ ਉਹ ਨਹੀਂ ਬੋਲਦਾ ਉਹਦੇ ਪਿੱਛੇ ਆਰਐਸਐਸ ਬੋਲਦੀ ਹੈ ਜੀ ਆਰਐਸਐਸ ਨਹੀਂ ਬੋਲਦੀ ਆਰਐਸਐਸ ਜਦੋਂ ਬੋਲੇਗੀ ਤੇ ਮੋਦੀ ਦੇ ਰਾਹੀਂ ਬੋਲੇਗੀ ਜਾਂ ਮੋਹਨ ਭਗਵੰਦ ਦੇ ਰਾਹੀਂ ਇਹ ਜਿਹੜੇ ਆ ਭੀੜ ਤੰਤਰ ਵਾਲੇ ਆ ਨਾ ਕਿਸੇ ਨੂੰ ਫੜ ਲਿਆ ਕੁੱਟ ਲਿਆ ਕਹਿੰਦਾ ਜੀ ਆਜ਼ਾਦੀ ਦੇ ਉਸ ਮਨਾਉਣ ਲੱਗੇ ਆ ਤੇ ਨੰਗੀਆਂ ਤਰਪਾਣਾ ਲੈ ਕੇ ਜਲੂਸ ਕੱਢਨੇ ਆ ਉਹ ਹਰ ਪੁੱਠਾ ਕੰਮ ਕਰਨਾ ਜਿਹੜਾ ਜੀ ਇਹੋ ਪੁੱਠੇ ਕੰਮ ਕਰਨ ਵਾਲਿਆਂ ਦੀ ਸੋਚ ਜਿਹੜੀ ਆ ਨਾ ਉਸ ਤਰ੍ਹਾਂ ਦੀ ਸੋਚ ਵਾਲਾ ਬੰਦਾ ਉਹਦਾ ਪੜਿਆ ਲਿਖਿਆ ਅੰਗਰੇਜ਼ਾਂ ਦੇ ਬਲਕਿ ਚੋਂ ਪੜ ਕੇ ਆਇਆ ਜੀ ਪਰ ਕੁਝ ਬੰਦੇ ਪੜ ਕੇ ਵੀ ਕੋਈ ਏਕਤਾ ਦੀ ਗੱਲ ਦੇਸ਼ ਭਲੇ ਦੀ ਗੱਲ ਅਕਲ ਦੀ ਗੱਲ ਕਰਨ ਦੀ ਥਾ ਹਮੇਸ਼ਾ ਹੀ ਇਦਾਂ ਦੀ ਪੁੱਠੀ ਗੱਲ ਕਰਦੇ ਹੁੰਦੇ ਤਾਂ ਕਿ ਖਬਰਾਂ ਵਿੱਚ ਮੈਂ ਰਵਾਂ ਚਮਕਦਾ ਰਵਾਂ ਸਾਰੇ ਲੋਕੀ ਕਹਿਣ ਲਿਆ ਵੀ ਸੁਭਰਾਮਣੀ ਉਹ ਸੁਆਮੀ ਨੇ ਕਹੇ ਦੀ ਪਰਵਾਹ ਕਰਦਾ ਵੱਕੇ ਕਹਿਦਿਨੀ ਪ੍ਰਵਾਹ ਕਰਦਾ ਜੀ ਇਦਾਂ ਲੱਗਦਾ ਕਿ ਉਹਨੂੰ ਆਪਣੀ ਇੱਜ਼ਤ ਦੇ ਵੀ ਕੋਈ ਪਰਵਾਹ ਨਹੀਂ ਦੇਸ਼ ਦੀ ਜਿਹਦੇ ਵੀ ਕੋਈ ਪਰਵਾਹ ਨਹੀਂ ਸਰਕਾਰ ਦੀ ਵੀ ਨਹੀਂ ਪਾਰਟੀ ਦੀ ਵੀ ਨਹੀਂ ਉਹਨੇ ਜਿਸ ਤਰ੍ਹਾਂ ਦੀ ਪੁੱਠੀਆਂ ਗੱਲਾਂ ਕੀਤੀਆਂ ਉਹਦੇ ਉੱਤੇ ਚੰਗੀ ਗੱਲ ਹੈ ਕਿ ਸਿੱਖ ਆਗੂਆਂ ਨੇ ਲਗਭਗ ਸਾਰੇ ਕਿਸਮਾਂ ਦੇ ਸਿੱਖ ਆਗੂਆਂ ਨੇ ਔਰ ਕਾਂਗਰਸ ਦੇ ਆਗੂਆਂ ਨੇ ਜੀ ਸਾਰਿਆਂ ਨੇ ਇਹਦਾ ਵਿਰੋਧ ਕਾफी ਤਿੱਖਾ ਕੀਤਾ ਔਰ ਹਰ ਇੱਕ ਨੇ ਆਖਿਆ ਕਿ ਬੰਦਾ ਇਸ ਵੇਲੇ ਜਦੋਂ ਦੋਵਾਂ ਦੇਸ਼ਾਂ ਦੇ ਵਿਚਾਲੇ ਇੱਕ ਲਾਂਗਾ ਖੁੱਲਣ ਲੱਗਾ ਸ਼ੁਕਰ ਹੈ ਕਿ ਇਧਰ ਉਧਰ ਜਾ ਕੇ ਲੋਕੀ ਕਰਤਾਰਪੁਰ ਸਾਹਿਬ ਮੱਥਾ ਟੇਕ ਕੇ ਆਉਣਗੇ ਐਨ ਉਸ ਮੌਕੇ ਦੇ ਉੱਤੇ ਇਹਨੇ ਜਿਹੜਾ ਕੁਝ ਇੱਥੇ ਖਲਾਰਾ ਪਾਇਆ ਜਿਸ ਤਰ੍ਹਾਂ ਦੀਆਂ ਨੇ ਗੱਲਾਂ ਕੀਤੀਆਂ ਇਹ ਕਹਣਾ ਕਿ ਉਹ ਖਾਲਿਸਤਾਨ ਦੇ ਤੱਤਾਂ ਨੂੰ ਬੜੇ ਪਨਾਹ ਦਿੰਦੇ ਆ ਜੀ ਉਹਨਾਂ ਨੇ ਚੁੱਕਦੇ ਆ ਤੇ ਅੱਜ ਚੁੱਕਣ ਲੱਗੇ ਫਿਰ ਆਪਣੀ ਸਰਕਾਰ ਨੂੰ ਕਹਿਣਾ ਸੀ ਕਿ ਉਹ ਖਾਲਿਸਤਾਨੀ ਤੱਤਾਂ ਨੂੰ ਉਦੋਂ ਵੀ ਚੁੱਕਦੇ ਸੀ ਜਦੋਂ ਪਠਾਨਕੋਟ ਦੇ ਵਿੱਚ ਹਮਲੇ ਤੋਂ ਬਾਅਦ ਮੋਦੀ ਸਾਹਿਬ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਆਖਿਆ ਤੂੰ ਆਪਣੇ ਵਿਸ਼ੇਸ਼ ਜਾਂਚ ਟੀਮ ਘੱਲਦੇ ਤੇ ਵਿਸ਼ੇਸ਼ ਜਾਂਚ ਟੀਮ ਦੇ ਵਿੱਚ ਉਹਨਾਂ ਦੀ ਫੌਜ ਦੇ ਇੰਟੈਲੀਜੈਂਸ ਵਾਲੇ ਵੀ ਆ ਗਏ ਤੇ ਆਈਐਸ ਵਾਲੇ ਵੀ ਆ ਗਏ ਉਦੋਂ ਪਠਾਨਕੋਟ ਚ ਗੜਾ ਮਾਰ ਕੇ ਗਏ ਉਸ ਦਿਨ ਤੈਨੂੰ ਜਿਆਦ ਨਹੀਂ ਆਇਆ ਕਿ ਪਾਕਿਸਤਾਨ ਸਾਡਾ ਦੁਸ਼ਮਣ ਹੈ ਜੀ ਅੱਜ ਜਦੋਂ ਸਿੱਖਾ ਵਾਸਤੇ ਇੱਕ ਗੇਟ ਖੋਲਣ ਲੱਗਾ ਲਾਂਗਾ ਖੋਲਣ ਲੱਗਾ ਤੇ ਉਹਦੇ ਨੇ ਖਾਲਸਾਣ ਦੀਆਂ ਦੂਜੀਆਂ ਗੱਲਾਂ ਛੋਲੀਆਂ ਇਹ ਗੱਲਾਂ ਉਹਦੇ ਕਿਉਂ ਨਾ ਛੋਈਆਂ ਜੀ ਤੇ ਪਿਛਲੇ ਸਾਰੇ ਸਮੇਂ ਤੇ ਇਹਨਾਂ ਇਦਾਂ ਦੀ ਗੱਲ ਕੋਈ ਕੀਤੀ ਕੋਈ ਨਹੀਂ ਹੁਣ ਇਹਨਾਂ ਜਾਬਦਾ ਇਹ ਹੈ ਕਿ ਜਦੋਂ ਬਿਲਕੁਲ ਜਾਬਦਾਨ ਹੈ ਕਿ ਸਭ ਕੁਝ ਠੀਕ ਹੋ ਗਿਆ ਤੇ ਜਿੱਦਾਂ ਬਿੱਲੀ ਰਸਤਾ ਕੱਟਦੀ ਹੁੰਦੀ ਆ ਕੁਝ ਲੋਕਾਂ ਦਾ ਐਸ ਵੇਲੇ ਵੀ ਮੂੜੇ ਬਣਿਆ ਪਿਆ ਕਿ ਜਾਂਦਾ ਜਾਂਦਾ ਜੇ ਰੋਕ ਸਕੀ ਜੇ ਰੋਕ ਸਕੀ ਜੇ ਰੋਕ ਸਕੀ ਤੇ ਕਿਸੇ ਤਰੀਕੇ ਡਕਾ ਪਾਇਆ ਜਾਵੇ ਇਹ ਉਸ ਕੋਸ਼ਿਸ਼ ਦੇ ਵਿੱਚੋਂ ਇੱਕ ਬਿਆਨ ਨਿਕਲ ਜੀ ਮਤਲਬ ਖਾਲੀ ਭਾਂਡਾ ਲੈ ਕੇ ਮਿਲਦਾ ਅਗਲੇ ਪਾਸਿਓਂ ਦੀ ਉਹ ਖਾਲੀ ਭਾਂਡਾ ਤੇ ਛੱਡੋ ਕਈ ਵਾਰੀ ਹੁੰਦਾ ਕਿ ਕਿਸੇ ਦਾ ਮੁੰਡੇ ਦੀ ਬਰਾਦ ਚੜਨ ਲੱਗੀ ਹੋਵੇ ਨਾ ਤੇ ਜਾਣ ਕੇ ਲੱਕੜਾਂ ਦੀ ਪੰਡ ਲੈ ਕੇ ਵੀ ਮਿਲਦੇ ਨੇ ਸਭ ਤੋਂ ਵੱਡੀ ਬਸ ਗੱਲ ਹੁੰਦੀ ਆ ਪਰ ਸਾਬ ਇਹ ਕਹੋ ਸਮਝਾਓ ਕਿ ਸਾਧਵੀ ਪ੍ਰਗਿਆ ਠਾਕੁਰ ਨੂੰ ਤੁਸੀਂ ਅੱਗੇ ਵੀ ਬੜੀ ਚੰਗੀ ਤਰ੍ਹਾਂ ਦੱਸਦੇ ਹੋ ਉਹਨਾਂ ਦੀਆਂ ਗੱਲਾਂ ਬਾਤਾਂ ਹੁਣ ਜਿਹੜਾ ਉਹਨੇ ਬਿਆਨ ਦਿੱਤਾ ਕਿ ਵੀ ਮਾਰਕ ਸ਼ਕਤੀਆਂ ਦਾ ਪ੍ਰਯੋਗ ਵਿਰੋਧੀ ਕਰ ਰਹੇ ਨੇ ਭਾਜਪਾ ਦੇ ਖਿਲਾਫ ਤੇ ਇਸੇ ਕਰਕੇ ਜਿਹੜੇ ਸਾਡੇ ਨੇਤਾ ਨੇ ਜੀ ਉਹ ਹੌਲੀ ਹੌਲੀ ਕਰਕੇ ਤੁਰਦੇ ਜਾ ਰਹੇ ਆ ਇਸ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਆ ਜੀ ਜਦੋਂ ਸਾਧਵੀ ਪ੍ਰੱਗਿਆ ਜੇਲ੍ਹ ਚ ਹੁੰਦੀ ਸੀ ਜੀ ਉਦੋਂ ਭਾਜਪਾ ਦਾ ਕੋਈ ਲੀਡਰ ਨਹੀਂ ਸੀ ਮਰੇ ਉਦੋਂ ਇਹ ਕੋਈ ਬਿਆਨ ਕਿਉਂ ਨਹੀਂ ਦਿੱਤਾ ਜੀ ਅੱਜ ਉਹ ਜਿੱਥੇ ਖੜੀ ਆ ਪੜ੍ਹੇ ਲਿਖੇ ਸਾਧਵੀ ਆ ਲੋਕਾਂ ਨੂੰ ਅਨਪੜ੍ਹ ਸਮਝਦੀ ਜੀ ਬੇਵਕੂਫ ਬਣਾਉਣ ਦੇ ਇਹੋ ਜਿਹੇ ਬਿਆਨ ਦੇ ਕੇ ਯਤਨ ਕਰਦੀ ਹੈ ਕਿ ਹਾਸਾ ਆਉਂਦਾ ਉਹ ਕਹਿੰਦੀ ਜੀ ਸਾਡੇ ਅਰਣ ਜੈਤਲੀ ਦੀ ਮੌਤ ਹੋ ਗਈ ਬਿਮਾਰੀ ਕਾਰਨ ਜੀ ਸੁਸ਼ਮਾ ਸਵਰਾਜ ਦਾ ਦਿਹਾਂਤ ਹੋ ਗਿਆ ਬਾਬੂ ਲਾਲ ਗੌਰ ਦਾ ਹੋ ਗਿਆ ਸਾਡੇ ਤਿੰਨ ਵੱਡੇ ਲੀਡਰ ਤੁਰ ਗਏ ਇਹ ਕੋਈ ਨਾ ਕੋਈ ਨਾ ਦੇਵੀ ਸ਼ਕਤੀਆਂ ਦਾ ਸਾਡੇ ਖਿਲਾਫ ਪਰਯੋਗ ਕੀਤਾ ਜਾ ਰਿਹਾ ਜੀ ਮੇਰਾ ਖਿਆਲ ਜੋਸ਼ੀ ਜੀ ਵੀ ਹਸਪਤਾਲ ਚ ਨੇ ਨਾ ਜੀ ਕਿਹੜੇ ਜੋਸ਼ੀ ਮੁਰਲੀ ਮਨੋਰ ਜੋਸ਼ੀ ਹਾਂ ਜੀ ਹਾਂ ਜੀ ਤੇ ਉਦਾਂ ਤੇ 6-7 ਸਾਲ ਹੋ ਗਏ ਆ ਸਾਬਕਾ ਵਿਦੇਸ਼ ਮੰਤਰੀ ਜਸਵੰਤ ਸਿੰਘ ਵੀ ਹਸਪਤਾਲ ਚ ਕੋਮਾ ਚ ਅਪਰਕੇ ਕੀਤਾ ਜੀ ਜੀ ਇਦਾਂ ਹੋਰ ਵੀ ਨੇ ਜਾਰਜ ਫਰਨਾਡੀ ਵੀ ਤੇ ਕਈ ਸਾਲ ਰਿਹਾ ਸੀ ਜੀ ਇਦਾਂ ਕਈ ਲੋਕ ਨੇ ਇਹਨਾਂ ਦੇ ਜਿਹੜੇ ਭਾਜਪਾ ਦੇ ਤਿੰਨ ਲੀਡਰ ਸੀ ਉਹ ਤਾਂ ਕਹਿੰਦੇ ਦੇਵੀ ਸ਼ਕਤੀਆਂ ਦਾ ਪ੍ਰਯੋਗ ਕਰਤਾ ਪਰ ਸ਼ੀਲਾ ਦੇਖਸ਼ਤ ਦਾ ਅਧਿਆਤ ਹੋਇਆ ਤਿੰਨ ਵਾਰੀਆਂ ਦੀ ਮੁੱਖ ਮੰਤਰੀ ਸੀ ਉਹ ਪਰ ਉਹ ਵੀ ਕੱਲ ਨੂੰ ਕਹਿਣਗੇ ਭਾਜਪਾ ਵਾਲਿਆਂ ਕੋਲ ਦੇਵੀ ਸ਼ਕਤੀਆਂ ਸਾਡੇ ਤੋਂ ਵੱਧ ਨੇ ਜੀ ਜਿੰਨੇ ਸਾਥ ਸੰਤਾਂ ਟੂਣੇ ਕਰਨ ਵਾਲੇ ਆ ਉਹ ਮਸਤ ਮੋਲਾ ਮਲੰਗ ਉਹ ਸਾਰੇ ਤਾਂ ਭਾਜਪਾ ਦੇ ਨਾਲ ਉਹ ਕਰਨੀ ਸਾਡਾ ਕਰਤਾ ਬਿਹਾਰ ਦੇ ਵਿੱਚ ਸਾਬਕਾ ਮੁੱਖ ਮੰਤਰੀ ਜਗਨਾਥ ਮਿਸ਼ਰਾ ਮਰ ਗਿਆ ਉਹ ਵੀ ਕਾਂਗਰਸ ਦਾ ਸੀ ਉਹ ਕਹਣਗੇ ਸਾਡਾ ਵੀ ਨਾ ਮਾਰਤਾ ਜੀ ਅਸੀਂ ਕਿਹੜੀ ਦੁਨੀਆ 'ਚ ਵਸਦੇ ਪਏ ਬੇਵਕੂਫਾੜੀਆ ਗੱਲਾਂ ਕਰਦੇ ਅੱਗੇ ਇੱਕ ਵਾਰੀ ਉਦੋਂ ਬਾਰਡਰ ਦੇ ਉੱਤੇ ਟੈਂਸ਼ਨ ਬਹੁਤ ਸੀ ਦੋਵੇਂ ਪਾਸੇ ਤੋਪਾਂ ਸੀ ਤੇ ਉਧਰੋਂ ਫਿਲਮ ਆ ਗਈ ਤੇ ਫਿਲਮ ਦੇ ਵਿੱਚ ਗਾਣਾ ਸੀਗਾ ਅੱਖੀਆਂ ਉਸੇ ਗੋਲੀ ਮਾਰੂ ਜੀ ਤੇ ਮੈਨੂੰ ਸਰਕਾਰੀ ਦੂਰਦਰਸ਼ਨ ਤੇ ਪੁੱਛ ਲਿਆ ਗਿਆ ਕਿ ਆ ਬਾਰਡਰ ਦੇ ਉੱਤੇ ਜਿਹੜੀਆਂ ਫੌਜਾਂ ਗਈਆਂ ਜੀ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਆ ਮੈਂ ਕਿਹਾ ਵਾਪਸ ਲੈਉਣੀਆਂ ਚਾਹੀਦੀਆਂ ਉਹ ਮੁੰਡਾ ਤੇ ਕੁੜੀ ਜਿਹੜੇ ਗਾਣਾ ਗਾਉਂਦੇ ਉਹਨਾਂ ਦੋਵਾਂ ਨੂੰ ਬਾਰਡਰ ਤੇ ਲੈ ਜਾਣਾ ਚਾਹੀਦਾ ਅੱਖੀਆਂ 'ਸੇ ਗੋਲੀ ਮਾਰੂ' ਜੀ ਜਦੋਂ ਜਿਹੜਾ ਗੁਰਦਤਿਆ ਮਰਦਾ ਉਹਨੂੰ ਯਾਰ ਕਿਉਂ ਦਿੰਦੇ ਜੀ ਜਦੋਂ ਇੱਥੇ ਅਸੀਂ ਅੱਖੀਆਂ ਮਾਰ ਕੇ ਬੰਦਾ ਮਾਰ ਸਕਦੇ ਆਂ ਤੇ ਤੋਪਾਂ ਤੇ ਟੈਂਕ ਕਿਉਂ ਨਹੀਂ ਦੇ ਹੁਣ ਇਸ ਵੇਲੇ ਮੈਂ ਇਹੋ ਕਹਿਣਾ ਕਿ ਸਾਡੇ ਵੱਲੋਂ ਵੀ ਬਾਰਡਰ ਦੇ ਉੱਤੇ ਫੌਜਾਂ ਨੇ ਤੇ ਉਹਨਾਂ ਨੇ ਵੀ ਬਾਰਡਰ ਤੇ ਫੌਜਾਂ ਲਿਆਂਦੀਆਂ ਤੇ ਜੇ ਦੇਵੀ ਸ਼ਕਤੀਆਂ ਨਾਲ ਹੀ ਬੰਦੇ ਮਾਰ ਸਕਦੇ ਆ ਤੇ ਫਿਰ ਸਾਡੀਆਂ ਫੌਜਾਂ ਪਿੱਛੇ ਲੈ ਆਉਣੀਆਂ ਚਾਹੀਦੀਆਂ ਆਟਮ ਬੰਦੇ ਸਾਨੂੰ ਲੋੜ ਕੀ ਹੈ ਜੀ ਆਹ ਬਾਹਰੋਂ ਰਾਫੇਲ ਜਹਾਜ਼ ਅਸੀਂ ਕਿੱਥੇ ਮੰਗਵਾਉਂਦੇ ਪਏ ਇੰਨਾ ਪੈਸਾ ਫੁਕੀ ਜਾਂਦੇ ਨੁਕਦੇ ਇਹ ਸਾਧ ਵੀ ਪ੍ਰਗਿਆ 25 30 ਹੋਰ ਸਾਧ ਲੈ ਜਾਓ ਉੱਥੇ ਬਾਰਡਰ ਤੇ ਜਾਓ ਲਾਓ ਧੂਣੀਆਂ ਤੁਣੀ ਲਾ ਕੇ ਸਵਾਦੀ ਮੁੱਟ ਚੁੱਕੋ ਫੂਕਮਰ ਕਾ ਛਟੂ ਗੱਲ ਹੋ ਜੇਗੀ ਜੀ ਤੇ ਉਧਰ ইমরান ਖਾਨ ਆ ਪਹਿਲੀਆਂ ਤਿੰਨ ਬੀਬੀਆਂ ਛਟੀਆਂ ਇੱਕ ਨਾਲ ਤੇ ਵਿਆਹ ਨਹੀਂ ਕਰਾਇਆ ਦੋ ਨਾਲ ਵਿਆਹ ਕਰਾ ਕੇ ਛਡੀਆਂ ਜਿਹੜੀ ਤੀਜੀ ਆ ਉਹ ਕਹਿੰਦੇ ਕਰਦੀ ਟੂਣਾ ਟਾਮਣਾ ਜੀ ਫਿਰ ਉਹ ਵੀ ਲਿਆਊਗਾ ਚੱਲ ਵੀ ਤੂੰ ਵੀ ਕਰੀ ਚੱਲ ਏਦਾਂ ਹੁੰਦਾ ਨਾ ਤੇ ਜਿੱਦਣ ਬੇਨजीर ਢੱਟੋ ਦਾ ਕਤਲ ਹੋਇਆ ਜੀ ਉਹਦੀ ਫੋਟੋ ਧਿਆਨ ਨਾਲ ਵੇਖੋ ਉਹਦੀ ਬਾਹ ਤੇ ਇੱਕ ਟਾਕੀ ਬਦੀ ਦੂਜੀ ਬਦੀ ਤੀਜੀ ਬਦੀ ਦੋਵੇਂ ਬਾਹਾਂ ਟਾਕੀਆਂ ਬਨਮਨ ਭਰੀਆਂ ਜਿੱਥੇ ਕੋਈ ਛੋਟਾ ਮੋਟਾ ਪੀਰ ਫਕੀਰ ਸੀ ਉਹ ਸਾਰੇ ਤਾਂ ਉਹਨੇ ਟਾਕੀ ਲੈਣ ਬਣੀਆਂ ਸੀ ਔਰ ਸਾਰੇ ਕਹਿੰਦੇ ਸੀ ਸੁਖ ਸਾਧ ਰਹੋਗੀ ਤੂੰ ਪ੍ਰਧਾਨ ਮੰਤਰੀ ਬਣੇਗੀ ਪਤਾ ਨਹੀਂ ਇੱਥੇ ਤੇ ਬਣੀ ਨਹੀਂ ਅੱਗੇ ਜਾ ਕੇ ਮੈਨੂੰ ਪਤਾ ਨਹੀਂ ਕੀ ਬਣਿਆ ਹੋਵੇ ਇਹ ਸਾਰੇ ਕੁਝ ਕਿਹੜੇ ਬੇਹਕਮ ਜੇ ਇਹਨਾਂ ਨਾਲ ਇਹ ਇੰਨਾ ਕਰਾ ਨਾ ਹੁੰਦਾ ਹੋਵੇ ਤੇ ਜਾਦੂ ਮੰਤਰ ਕਰਨ ਵਾਲੇ ਉਦੋਂ ਐਨੇ ਸੀ ਜਦੋਂ ਮਹਾਭਾਰਤ ਦੀ ਜੰਗ ਲੱਗੀ ਸੀ ਜੀ ਕੌਰਵਾ ਪਾਂਡਵਾ ਨੂੰ ਇੱਕ ਦੂਜੇ 'ਤੇ ਤੀਰ ਚਲਾਉਣ ਦੀ ਕਿ ਲੋੜ ਸੀ ਇਹ ਸਾਧ ਵੀ ਪ੍ਰਗਿਆ ਮੈਨੂੰ ਸਮਝ ਲਿਆ ਦੀ ਕਿ ਐਡੇ-ਐਡੇ ਸਿਆਣੇ ਬੰਦੇ ਇਹ ਸਾਰੇ ਭਾਜਪਾ 'ਚ ਹੀ ਕਿਉਂ ਇਕੱਠੇ ਹੋ ਜਾਂਦੇ ਆ ਉਹ ਅਕਲ ਦੀ ਗੱਲ ਵੀ ਕਰਨੀ ਚਾਹੀਦੀ ਆ ਬਾਕੀ ਦੁਨੀਆ ਸਾਡਾ ਮਜ਼ਾਕ ਅਡਾਊਗੀ ਚਲੋ ਕੋਈ ਗੱਲ ਨਹੀਂ ਉਹਨਾਂ ਦੀ ਮਰਜ਼ੀ ਅਗਲੀ ਗੱਲ ਬੰਸਾ ਮੈਂ ਇਹ ਪੁੱਛਣੀ ਚਾਹਨਾ ਆ ਕਿ ਈਰਾਨ ਦਾ ਪੇਚਾ ਤਾਂ ਵਾਵਾ ਚਿਰਦਾ ਪਿਆ ਜੀ ਅਮਰੀਕਾ ਨਾਲ ਤੇ ਹੁਣ ਮੇਰੇ ਖਿਆਲਾਂ ਜਦੋਂ ਟਰੰਪਸ ਸਾਫ ਫਰਾਂਸ ਫਿਰਦੇ ਆ ਤੇ ਵਿਦੇਸ਼ ਮੰਤਰੀ ਜਿਹੜਾ ਈਰਾਨ ਦਾ ਜੀ ਉਹ ਜੀ 7 ਦੀ ਜਿਹੜੀ ਮੀਟਿੰਗ ਉਹਦੇ ਚ ਚਲੇ ਜਵੇ ਕੀ ਕੀ ਇੱਕ ਨਵੀਂ ਕਹਾਣੀ ਹੋਈ ਦੇਖੋ ਈਰਾਨ ਦੇ ਵਿਦੇਸ਼ ਮੰਤਰੀ ਦੇ ਫਰਾਸ ਜਾਣ ਨੇ ਸਾਰੀ ਦੁਨੀਆ ਨੂੰ ਹੈਰਾਨ ਕਰਤਾ ਜੀ ਸੱਤ ਦੇਸ਼ਾਂ ਦੀ ਮੀਟਿੰਗ ਚੱਲਦੀ ਪਈ ਆ ਔਰ ਸੱਤਵੇਂ ਵਿਕਸਤ ਦੇਸ਼ ਨੇ ਜੀ ਇਸ ਗਰੁੱਪ 7 ਦੇ ਵਿੱਚ ਨਰਿੰਦਰ ਮੋਦੀ ਸਾਹਿਬ ਨੂੰ ਇਚੇਚਾ ਸਦਿਆ ਗਿਆ ਭਾਰਤ ਦੇ ਪ੍ਰਧਾਨ ਮੰਤਰੀ ਦੇ ਤੌਰ ਤੇ ਜੀ ਅੱਗੇ ਇੱਕ ਵਾਰੀ ਮਰਮੋਣ ਸਿੰਘ ਨੂੰ ਵੀ ਸਦਿਆ ਸੀ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੂੰ ਵੀ ਇਸ ਵਾਰੀ ਸੱਦ ਲਿਆ ਜੀ ਤੁਹਾਨੂੰ ਵੀ ਸਲਾਹ ਕਰਦੀ ਉਧਰੋਂ ਮੀਟਿੰਗ ਚੱਲਦੀ ਪਈ ਉਧਰੋਂ ਦੋ ਵੈਬਸਾਈਟਾਂ ਨੇ ਜਿਹੜੀਆਂ ਫਲਾਈਟ ਟਰੈਕਿੰਗ ਦਾ ਕੰਮ ਕਰਦੀਆਂ ਨੇ ਜੀ ਤੇ ਉਹਨਾਂ ਨੇ ਅਚਾਰਕ ਖਬਰ ਦੇ ਦਿੱਤੀ ਕਿ ਈਰਾਨ ਦਾ ਇੱਕ ਜਹਾਜ਼ ਆ ਕੇ ਉਸ ਸ਼ਹਿਰ ਦੇ ਵਿੱਚ ਹਵਾਈ ਅੱਡੇ ਤੋਂ ਉਤਰਿਆ ਜਿੱਥੇ G7 ਦੀ ਮੀਟਿੰਗ ਹੁੰਦੀ ਪਈ ਤੇ ਰੌਲਾ ਪੈ ਗਿਆ ਕਿ ਇਰਾਨ ਦਾ ਤੇ ਬਾਈਕਾਟ ਕੀਤਾ ਪਿਆ ਤੇ ਉਹਦੇ ਨਾਲ ਤੇ ਪਾਬੰਦੀਆਂ ਲੱਗੀਆਂ ਪਈ ਉਹਦਾ ਹਾਜ ਕਿੱਥੋਂ ਆ ਗਿਆ ਜੀ ਫਿਰ ਭੱਜਣਾ ਸੋਈ ਤੇ ਪਤਾ ਲੱਗਾ ਕਿ ਉਹਨਾਂ ਦਾ ਵਿਦੇਸ਼ ਮੰਤਰੀ ਆਇਆ ਇਹ ਉਹਦੇ ਵਿੱਚ ਵਧ ਰਹੀ ਨਹੀਂ ਵੱਡੀ ਗੱਲ ਸੀ ਫਿਰ ਪਤਾ ਲੱਗਾ ਕਿ ਆਉਂਦਿਆਂ ਸਾਰੀ ਉਹਨੇ ਫਰਾਂਸ ਦੇ ਵਿਦੇਸ਼ ਮੰਤਰੀ ਨਾਲ ਗੱਲ ਕੀਤੀ ਹੈ ਤੇ ਮੁੜ ਕੇ ਉਹਨਾਂ ਦੇ ਰਾਸ਼ਟਰਪਤੀ ਨਾਲ ਗੱਲ ਕੀਤੀ ਹੈ ਮੈਕਰਨ ਦੇ ਨਾਲ ਜੀ ਮੈਕਰਨ ਪੁੱਛਿਆ ਗਿਆ ਕਿ ਅਸੀਂ ਇਹ ਸੁਣਿਆ ਕਿ ਗਰੁੱਪ 7 ਵਾਲਿਆਂ ਨੇ ਮੀਟਿੰਗ ਕਰਕੇ ਤੁਹਾਨੂੰ ਹੀ ਆਖਿਆ ਕਿ ਤੁਸੀਂ ਗੱਲ ਕਰੋ ਈਰਾਨ ਦੇ ਵਿਦੇਸ਼ ਮੰਤਰੀ ਨਾਲ ਜੀ ਕਹਿੰਦਾ ਮੇਰੇ ਤੇ ਕਹਿੰਦੇ ਡਿਊਟੀ ਨਹੀਂ ਲਈ ਫਿਰ ਪੁੱਛਿਆ ਕਿ ਗਲਤੀ ਹੋਈ ਹੈ ਨਾ ਫਿਰ ਹੱਸ ਪਿਆ ਗਲਤੀ ਹੋਈ ਸੀ ਔਰ ਉਹਨੇ ਈਰਾਨ ਦੇ ਵਿਦੇਸ਼ ਮੰਤਰੀ ਨੂੰ ਅਸਲਿਕ ਹੈ ਤਾਂ ਮੈਨੂੰ ਉਹਨਾਂ ਨਾਲ ਆਖਿਆ ਸੀ ਮੈਂ ਆ ਗਿਆ ਮੇਰੀ ਇਹਨਾਂ ਦੇ ਵਿਦੇਸ਼ ਮੰਤਰੀ ਨਾਲ ਵੀ ਗੱਲ ਹੋਈ ਹੈ ਮੇਰੇ ਨਾਲ ਪ੍ਰਧਾਨ ਮੰਤਰੀ ਨਾਲ ਵੀ ਹੋਈ ਹੈ ਉਹਦੇ ਤੋਂ ਬਾਅਦ ਡੋਨਲਡ ਟਰਪਰ ਨੂੰ ਪੁੱਛਿਆ ਕਿ ਕਹਿੰਦਾ ਨਾਲ ਸੀ ਉਹਨਾਂ ਨਾਲ ਗੱਲ ਹੀ ਕੋਈ ਨਹੀਂ ਕਰਨੀ ਤੇ ਰਾਤ ਨੂੰ ਕਹਿੰਦਾ ਹਾਂ ਉਹਨਾਂ ਨਾਲ ਵੀ ਗੱਲ ਹੋਈ ਹੈ ਡੋਨਲਡ 트੍ਰੰਪ ਤਾਂ ਪਹਿਲਾਂ ਵੀ ਇਸ ਤਰ੍ਹਾਂ ਕਿ ਹੁਣੇ ਕੋਈ ਬਿਆਨ ਦੇ ਕੇ 5 ਮਿੰਟਾਂ ਬਾਅਦ ਬਦਲ ਜਾਂਦਾ ਹੁੰਦਾ ਉਹਨੇ ਉੱਥੇ ਕੋਈ ਬਿਆਨ ਦਿੱਤਾ ਵਾਈਟ ਹਾਊਸ ਦੇ ਵਿੱਚੋਂ ਉਹਦੇ ਰਾਸ਼ਟਰਪਤੀ ਦਫ਼ਤਰ ਦੇ ਵਿੱਚੋਂ ਉਹਦਾ ਸੈਕਟ ਕੋਈ ਹੋਰ ਬਿਆਨ ਦੇ ਜਾਂਦਾ ਜੀ ਸਾਰੇ ਦੇ ਸਾਰੇ ਐਡਵਰਟ ਇਹਦਾ ਮਤਲਬ ਲੋਕਾਂ ਨੂੰ ਕਨਫਿਊਜ਼ ਕਰਨ ਦੀ ਇੱਕ ਇਹੋ ਜਿਹੀ ਗੇਮ ਚੱਲਦੀ ਪਈ ਹੈ ਜਿਹਦੇ ਅੰਦਰ ਕੀ ਐ ਕਿਸੇ ਨੂੰ ਨਹੀਂ ਪਤਾ ਪਰ ਉਹ ਜਿਹੜੀ ਜਰਮਨੀ ਦੀ ਲੀਡਰ ਐ ਐਂਜਲਾ ਮਾਰਕਲ ਉਹਨੇ ਇਸ਼ਾਰਾ ਦੇ ਦਿੱਤਾ ਕਿ ਗੱਲ ਚੱਲ ਰਹੀ ਐ ਸਾਡੀ ਕੋਸ਼ਿਸ਼ ਹੈ ਕਿ ਕੋਈ ਅਮਨ ਜੇ ਕਾਇਮ ਰੱਖਿਆ ਜਾ ਸਕੇ ਤੇ ਰੱਖਿਆ ਜਾਵੇ ਪਰ ਅਮਨ ਨੂੰ ਤਿਰਲੀ ਕਿਨੇ ਲਾਈ ਸੀ ਜੀ ਉਹ ਤਾਂ ਪਿਛਲੇ ਸਾਲ ਡੋਨਰ ਟਰੰਪ ਨੇ ਲਾਈ ਸੀ ਜਦੋਂ ਅਕੈਡਮੀ ਸਮਝੌਤਾ ਹੋਇਆ ਸੀ ਉਹ ਚ ਦੁਨੀਆ ਦੀਆਂ ਕਈ ਤਾਕਤਾਂ ਸ਼ਾਮਲ ਸੀ ਸਮਝੌਤਾ ਈਰਾਨ ਦੇ ਨਾਲ ਸੀ ਤੇ ਉਸ ਸਮਝੌਤੇ ਦੇ ਵਿੱਚੋਂ ਇਕੱਲਾ ਅਮਰੀਕਾ ਇੱਕ ਤਰਫਾ ਨਿਕਲ ਕੇ ਬਾਹਰ ਹੋ ਗਿਆ ਤੇ ਕਹਿੰਦਾ ਅਸੀਂ ਨਹੀਂ ਮੰਨਦੇ ਤੇ ਈਰਾਨ ਦੇ ਉੱਤੇ ਪਾਬੰਦੀਆਂ ਤੇ ਪਾਬੰਦੀਆਂ ਵੀ ਇਹੋ ਜਿਹੀਆਂ ਕਿ ਭਾਰਤ ਸਰਕਾਰ ਨੇ ਜਿਹੜੇ ਪਹਿਲੇ ਸਮਝੌਤੇ ਕੀਤੇ ਸੀ ਉਹ ਵੀ ਕਹਤਾ 6 ਮਹੀਨਾ ਜਿਹੜਾ ਤੇਲ ਲੈਣਾ ਲੈ ਲਓ ਬਾਅਦ ਨੂੰ ਉਹਨਾਂ ਨੂੰ ਦੇਣਾ ਜੇ ਸਮਝੋ ਤਾਂ 10 ਸਾਲਾਂ ਦੇ ਹੋਣਗੇ ਤੇ 6 ਮਹੀਨਾ ਚ ਇਹ ਤੇਲ ਲਿਆ ਕੇ ਇਥੇ ਦਰਿਆਵਾਂ ਚ ਬਗਾ ਦਈਏ ਪਹਿਲਾਂ ਲਿਆ ਕੇ ਕਿੱਥੇ ਰੱਖੀ ਉਹਦਾ ਮਤਲਬ ਕੋਈ ਨਹੀਂ ਸੀ ਉਹਨੇ ਸਾਰੀ ਦੁਨੀਆ ਨੂੰ ਤੰਗ ਕੀਤਾ ਪਿਆ ਸੀ ਤੇ ਹੁਣ ਲੱਗਦਾ ਇਹ ਹੈ ਕਿ ਜਿਵੇਂ 20 ਸਾਲ ਪਹਿਲਾਂ ਅਫਗਾਨਿਸਤਾਨ ਚ ਜਾ ਕੇ ਲੱਤ ਫਸਾਲੀ ਤੇ ਮੁੜ ਕੇ ਉੱਥੇ ਚਿਕੜ ਜੀ ਗੱਡੀ ਗਈ ਹੁਣ ਪੁੱਟਿਆ ਨਿਕਲਦੀ ਨਹੀਂ ਪਈ ਉਸੇ ਤਰ੍ਹਾਂ ਇੱਕ ਨਵਾਂ ਪੇਚਾ ਉਹ ਪਾ ਬਿਠਾ ইরান ਦੇ ਵਿੱਚ ਹੁਣ ਬਾਕੀ ਦੇਸ਼ ਉਹਨਾਂ ਸਹਿਮਤ ਨਹੀਂ ਹੋ ਰਹੇ ਰਾਹ ਕੱਢਦੇ ਪਏ ਆ ਕਿ ਕੋਈ ਨਾ ਕੋਈ ਜੇ ਨਿਕਲਾਵੇ ਤੇ ਸੱਪੋ ਵੀ ਮਰ ਜਾਏ ਸੋਟਾ ਵੀ ਨਾ ਟੁੱਟੇ ਕੋ ਰਸਤਾ ਇਦਾਂ ਦਾ ਲੱਭਦੇ ਪਿਆ। ਤੋਂ ਨਾਲਾ ਤੁਹਾਡੀ ਉਹ ਗੱਲ ਜ਼ਿਆਦਾ ਠੀਕ ਆ ਕਿ ਟਰੰਪ ਸਾਹਿਬ ਸਿਰਫ ਆਪਣੀਆਂ ਵੋਟਾਂ ਦਾ ਕਰਕੇ ਇਹੋ ਜਿਹਾ ਕੁਝ ਨਾ ਕੁਝ ਬਣਾਉਂਦੇ। ਉਹ ਨਹੀਂ ਕੁਝ ਗੱਲਾਂ ਦੇ ਵਿੱਚ ਨਾ ਉਹ ਜਾਂ ਤਾਂ ਉਮਰ ਦਾ ਅਸਰ ਆ। ਜੀ। ਜਰਮਨੀ ਦੇ ਚਾਂਸਲ ਐਂਜਲਾ ਮਾਰਕਲ ਨਾਲ ਕਿਸੇ ਗੱਲ ਤੇ ਖਿੱਚ ਗਿਆ ਸੀ। ਤੇ ਕਹਿੰਦਾ ਐਂਜਲਾ ਮਾਰਕਲ ਨੂੰ ਇਹ ਚੇਤਾ ਰੱਖਣਾ ਚਾਹੀਦਾ। ਕਿ ਮੇਰੀਆਂ ਜੜਾਂ ਉਹਨਾਂ ਦੇ ਦੇਸ਼ ਵਿੱਚ ਆ ਮੇਰੇ ਬਾਪ ਦਾ ਜਨਮ ਉੱਥੇ ਹੋਇਆ ਸੀ ਤੇ ਅਗਲੇ ਦਿਨ ਨੂੰ ਰੌਲਾ ਪੈ ਗਿਆ ਬਾਪ ਤਾਂ ਤੇਰਾ ਅਮਰੀਕਾ 'ਚ ਜੰਮਿਆ ਸੀ ਤੇਰੇ ਦਾਦੇ ਦਾ ਜਨਮ ਉੱਥੇ ਹੋਇਆ ਸੀ ਜਿਹਨੂੰ ਇਹ ਹੀ ਨਹੀਂ ਪਤਾ ਉਹ ਦੱਕੀ ਕਿਰੋਗੇ ਚਲੋ ਕੁਛ ਨਾ ਕੁਛ ਤਾਂ ਉੱਥੋਂ ਆਊਗਾ ਹੀ ਹੁਣ ਚੰਗਾ ਜੇ ਉਹ ਪਹੁੰਚ ਗਏ ਨੇ ਆਖਰੀ ਗੱਲ ਪੰਸਾਬ ਮੈਂ ਕਰਨੀ ਚਾਹੁੰਦਾ ਆ ਕਿ ਜਿਹੜੀ ਵਰਲਡ ਬੈਡਮਿੰਟਨ ਚੈਂਪੀਅਨਸ਼ਿਪ ਹੋਈ ਜਿਸ ਸਵਿਟਜ਼ਰਲੈਂਡ ਦੇ ਵਿੱਚ ਪੀਬੀ ਸੰਧੂ ਪਹਿਲੀ ਆਪਣੀ ਘਰ ਕੁੜੀ ਬਣੀ ਹੈ ਜੀ ਜਿਨੇ ਉਹ 골ਡ ਮੈਡਲ ਜਿੱਤਿਆ ਤੇ ਉੱਥੋਂ ਨੇ ਉਹ ਚੈਂਪੀਅਨਸ਼ਿਪ ਜਿੱਤੀ ਹੈ ਇਹਨੂੰ ਕਿਵੇਂ ਦੇਖਦੇ ਹਾਂ ਜੀ ਦੇਖੋ ਭਾਰਤ ਵਿੱਚ ਪਹਿਲਾਂ ਟੈਨਿਸ ਤਾਂ ਹੈ ਸੀ ਕੁਝ ਹੱਦ ਤੱਕ ਜੀ ਬਹੁਤੀ ਨਹੀਂ ਸੀ ਕੁਝ ਹੱਦ ਤੱਕ ਸੀ ਲੈਂਡਰ ਪਲੇਅਰ ਬੇਸ ਸੀਗਾ ਜੀ ਲੈਂਡਰ ਪੇਸ ਤੋਂ ਪਹਿਲਾਂ ਉਹਦਾ ਬਾਪ ਹੁੰਦਾ ਸੀ ਉਹਨੇ ਵੀ ਇੱਕ ਵਾਰੀ 올림픽 ਚੋਂ ਚਾਂਦੀ ਦਾ ਤਮਗਾ ਜਿੱਤਿਆ ਸੀ ਜੀ ਇਹਨੇ ਵੀ ਜਿੱਤ ਲਿਆ ਸੀ ਉਸ ਤੋਂ ਬਾਅਦ ਕੁਝ ਹੋਰ ਵੀ ਤੁਰੇ ਸਾਨੀਆਂ ਮਰ ਜਾ ਗਏ ਜਦੋਂ ਫਿਰ ਪਲੇਲਾ ਗੋਪੀ ਚੰਦ ਨੇ ਬ੍ਰਿਟਿਸ਼ ਓਪਨ ਦੇ ਵਿੱਚ ਜਾ ਕੇ ਆਪਣੀ ਕਾਰਗੁਜ਼ਾਰੀ ਵਿਖਾਈ ਤੇ ਸਾਰੀ ਦੁਨੀਆ ਚ ਧੰਮ ਪਈ ਉਹਨੂੰ ਰਜੀਵ ਗਾਂਧੀ ਖੇਡ ਰਤਨ ਅਵਾਰਡ ਵੀ ਮਿਲਿਆ ਉਹ ਤੋਂ ਬਾਅਦ ਭਾਰਤ ਵਿੱਚ ਬੈਡਮਿੰਟਨ ਇੱਕ ਵਾਰੀ ਫੇਰ ਉੱਠੇ ਜੀ ਆ ਸਾਇਨਾ ਨੇਵਾਲ ਪੀਵੀ ਸਿੰਧੂ ਇਹ ਦੋਵੇਂ ਕੁੜੀਆਂ ਉਸੇ ਦੀ ਟ੍ਰੇਨਿੰਗ ਲੈ ਕੇ ਤੁਰੀਆਂ ਨੇ ਇੱਕ ਵਾਰੀ 4 ਸਾਲ ਪਹਿਲਾਂ ਇਸੇ ਵਰਲਡ ਬੈਡਮਿੰਟਨ ਚੈਂਪੀਅਨਸ਼ਿਪ ਜਿਹੜੀ ਆ ਉਹਦੇ ਚ ਸੈਮੀਫਾਈਨਲ ਤੇ ਜਾ ਕੇ ਸਾਇਨਾ ਨੇ ਵਾਲ ਤੇ ਪੀਵੀ ਸਿੰਧੂ ਦੋਵਾਂ ਦਾ ਮੁਕਾਬਲਾ ਹੋਇਆ ਸੀ ਸਾਇਨਾ ਜਿੱਤ ਗਈ ਪਰ ਫਾਈਨਲ ਚ ਹਾਰ ਗਈ ਸੀ ਜੀ ਪੀਵੀ ਸਿੰਧੂ ਸੈਮੀਫਾਈਨਲ ਚ ਹਾਰ ਗਈ ਪਰ ਪੀਵੀ ਸਿੱਧੂ ਲੱਗੀ ਗਈ ਲੱਗੀ ਗਈ ਇਹ ਹੁਣ ਪਹਿਲੀ ਭਾਰਤੀ ਬਣ ਗਈ ਹੈ ਜਿਨੇ ਵਰਲਡ ਲੈਵਲ ਦੀ ਬੈਡਮਿੰਟਨ ਚੈਂਪੀਅਨਸ਼ਿਪ ਜਿੱਤੀ ਹੈ ਔਰ ਇਹੋ ਜਿਹਾ ਵਰਕ ਹਮਾਰਿਆ ਕਿ ਸਾਰੀ ਦੁਨੀਆ ਚ ਤੁਮ ਪੈ ਗਈ ਦੇਸ਼ਵਰ ਚ ਪੈ ਗਈ ਔਦਾ ਇਹ ਵੇਖਣਾ ਚਾਹੀਦਾ ਕਿ ਇਹ ਵੀ ਤੇ ਸਾਇਨਾ ਵੀ ਦੋਵੇਂ ਕੁੜੀਆਂ ਇਸ ਖੇਡ ਦੇ ਵਿੱਚ ਭਾਰਤ ਲਈ ਮਾਣ ਦੀ ਸਿਖਰ ਤੇ ਪਹੁੰਚੀਆਂ ਪਈਆਂ ਨੇ ਇਹਨਾਂ ਦਾ ਜਿਹੜਾ ਉਸਤਾਦ ਆ ਪਲੇਲਾ ਗੋਪੀ ਚੰਦ ਉਹਨੇ ਆਪ ਵੀ ਖਿਡਾਰੀ ਦੇ ਤੌਰ ਤੇ ਬਹੁਤ ਵਧੀਆ ਰੋਲ ਅਦਾ ਕੀਤਾ ਸੀ ਜੀ ਤੇ ਹੁਣ ਪੀਵੀ ਸਿੰਧੂ ਨੇ ਵੀ ਆਖਿਆ ਕਿ ਮੇਰੀ ਕਾਮਯਾਬੀ ਚ ਦੋ ਜਣਾਂ ਦਾ ਹੱਥ ਆ ਇੱਕ ਮੇਰੇ ਉਸਤਾਦ ਪਲੇਲਾ ਗੋਪੀ ਚੰਦ ਦਾ ਦੂਸਰਾ ਮੇਰੀ ਮਾਂ ਦਾ ਕਹਿੰਦੀ ਜਿੱਤ ਇਹਨਾਂ ਦੋਵਾਂ ਦੇ ਕਰਕੇ ਹੋਈ ਆ ਪਰ ਮੈਂ ਇਹ ਜਿੱਤ ਜਿਹੜੀ ਉਹ ਦੇਸ਼ ਵਾਸਤੇ ਜਿੱਤੀ ਹੈ ਜੋ ਵੀ ਹੈ ਉਸ ਕੁੜੀ ਨੇ ਉਸ ਦੇਸ਼ ਦਾ ਮਾਣ ਵਧਾਇਆ ਜਿਹੜੇ ਦੇਸ਼ 'ਚ ਅੱਜ ਵੀ ਲੋਕੀ ਕੁੜੀ ਜੰਮੇ ਤੇ ਕਹਿੰਦੇ ਆ ਆ ਕੁੜੀ ਜੰਮ ਪਈ ਆ ਜੀ ਪੁੱਤ ਦੀ ਖੁਸ਼ੀ ਮਨਾਈ ਜਾਂਦੀ ਹੈ ਜੇ ਉਸ ਦੇਸ਼ ਦੇ ਵਿੱਚ ਵੀ ਕੋਈ ਕੁੜੀ ਉੱਠ ਕੇ ਦੁਨੀਆ ਦੇ ਵਿੱਚ ਨਾਂ ਚਮਕਾਉਂਦੀ ਹੈ ਸਵਾਗਤ ਕਰਨਾ ਚਾਹੀਦਾ ਬਿਲਕੁਲ ਬਹੁਤ ਸਾਰੇ ਸਮਾਂ ਕੱਢਿਆ ਤੁਹਾਡਾ ਬਹੁਤ ਧੰਨਵਾਦ ਜੀ ਇਸ ਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਅਪੇਥੀ ਸਮਾਪਤ ਕਰਦੇ ਹਾਂ ਜੀ ਹੁਣ ਦੀ ਇਜਾਜ਼ਤ ਕਰਪੀ ਸੰਧਾ ਵਾਲੀਏ ਨੂੰ ਦੇਖਦੇ ਰਹਿਣਾ ਪ੍ਰਾਈਮੇਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ